ਕਿਹੜੀ ਹੀਰ ਤੇ ਕਿਹੜਾ ਰਾਂਝਾ। ਅੱਲਾਹ ਪਾਕ ਨੇ ਜਦੋਂ ਆਦਮ ਅਲੈਹਿ ਸਲਾਮ ਦੀ ਤਖਲੀਕ ਕੀਤੀ, ਇਹ ਰਾਂਝਾ ਤਿਆਰ ਕੀਤਾ ਤੇ ਰੂਹ ਨੂੰ ਹੀਰ ਨੂੰ ਆਖਿਆ ਇਹਦੇ ਵਿੱਚ ਦਾਖਲ ਹੋ। ਤੇ ਜਦੋਂ ਵਿੱਚ ਦਾਖਲ ਹੋਈ ਨਾ ਤੇ ਅੰਦਰ ਛਾ ਜੀ ਹਨੇਰਾ ਬੜਾ ਸੀ, ਭੁੜਕ ਕੇ ਬਾਹਰ ਆ ਗਈ, ਆਖਿਆ ਯਾ ਰੱਬ ਅਲਾਮੀਨ ਇਹਦੇ ਵਿੱਚ ਹਨੇਰਾ ਬੜਾ। ਦਰਵੇਸ਼ ਲੋਕ ਦੱਸਦੇ ਨੇ ਕਿ 100 ਸਾਲ ਅੱਗ ਦੇ ਵਿੱਚ ਪਕਾਇਆ, ਪਕਾ ਕੇ ਤੇ ਆਖਿਆ ਫੇਰ ਲਿਆਓ ਇਹਨੂੰ। ਜਦੋਂ ਲੈ ਕੇ ਆਏ ਤੇ ਆਖਿਆ ਇਸ ਰਾਂਝੇ ਦੇ ਵਿੱਚ ਦਾਖਲ ਹੋ। ਜਦੋਂ ਦਾਖਲ ਹੋਈ ਤੇ ਅੰਦਰ ਤੇ ਫੇਰ ਹਨੇਰਾ ਸੀ, ਫੇਰ ਭੁੜਕ ਕੇ ਬਾਹਰ ਆ ਗਈ, ਆਖਿਆ ਯਾ ਰੱਬ ਅਲਾਮੀਨ ਇਹਦੇ ਵਿੱਚ ਹਨੇਰਾ ਬੜਾ, ਆਖਿਆ ਇਹਨੂੰ ਫੇਰ ਪਕਾ ਕੇ ਲਿਆਓ। ਜਦੋਂ ਤੀਸਰੀ ਵਾਰ ਗਏ ਨਾ ਤੇ ਦਿਲ ਚ ਖਿਆਲ ਆਇਆ ਭਈ ਅਜ਼ਾਜ਼ੀਲ ਨੇ ਇੱਕ ਵਾਰ ਆਖਿਆ ਸੀ ਲਾਹਨਤ ਦਾ ਤੌਕ ਪੈ ਗਿਆ ਤੇ ਹੋਵੇ ਨਾ ਤੇ ਕੰਮ ਹੀ ਨਾ ਕਿਤੇ ਖਰਾਬ ਹੋ ਜਾਵੇ। ਤੀਸਰੀ ਵਾਰ ਬਾਬੇ ਆਦਮ ਅਲੈਹਿ ਸਲਾਮ ਦੀ ਪਿਸ਼ਾਨੀ ਚ ਨੂਰ ਦਾ ਜ਼ਰਾ ਟਕਾਤਾ ਤੇ ਉਧਰੋਂ ਇਸ ਹੀਰ ਨੇ ਆਖਿਆ ਕਿ ਇਹਦੇ ਵਿੱਚ ਮੈਂ ਤਦ ਵੜਦੀ ਹਾਂ ਜੇ ਮੈਨੂੰ ਇਹ ਚੋਂ ਕੱਢ ਲੈਣਾ ਇਹਨੇ। ਇਹ ਕੌਲ ਕਰਾਰ ਉਦੋਂ ਹੋ ਗਏ, ਆਖਿਆ ਤੂੰ ਇਹਦੇ ਵਿੱਚ ਦਾਖਲ ਹੋ ਤੇ ਮੈਂ ਤੈਨੂੰ ਕੱਢ ਲਵਾਂਗਾ। ਜਦੋਂ ਵਿੱਚ ਦਾਖਲ ਹੋਈ ਅੰਦਰ ਚਾਨਣ ਹੀ ਚਾਨਣ, ਕਿਉਂਕਿ ਨੂਰ ਦਾ ਜ਼ਰਾ ਟਕਾਤਾ ਸੀ। ਉਹ ਫਿਰ ਕਰਦੀ ਫਿਰੇ ਰਾਂਝਾ 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 ਕਰਦੀ ਫਿਰੇ, ਸਹੇਲੀਆਂ ਨੂੰ ਵੀ ਛੱਡ ਗਈ, ਮਾਂ ਬਾਪ ਨੂੰ ਵੀ ਛੱਡ ਗਈ, ਕੰਮ ਕਾਰ ਛੱਡ ਗਈ। ਉਹ ਸਹੇਲੀਆਂ ਆਉਂਦੀਆਂ ਨੇ ਕਿਹੜਾ ਰਾਂਝਾ ਹੀ, ਜਿਹਦੀ ਖਾਤਰ ਸਾਰਾ ਕੁਝ ਹੀ ਛੱਡ ਗਈਆਂ, ਕਿਤੇ ਉਹ ਵਿਖਾ ਤੇ ਸਹੀ। ਇੱਕ ਦਿਨ ਉਹਨਾਂ ਨੇ ਬੜਾ ਹੀ ਤੰਗ ਕੀਤਾ ਤੇ ਆਖਿਆ ਉਹ ਅੱਜ ਮੈਂ ਤੁਹਾਨੂੰ ਆਪਣਾ ਰਾਂਝਾ ਵਿਖਾਉਂਦੀ ਹਾਂ। ਰਾਂਝਾ ਮੱਝੀ ਚਾਰ ਕੇ ਆਉਣ ਡਿਆ, ਆਖਿਆ ਉਹ ਜੇ ਮੇਰਾ ਰਾਂਝਾ। ਜਦੋਂ ਸਹੇਲੀਆਂ ਨੇ ਵੇਖਿਆ ਨਾ, ਉਹਨਾਂ ਆਖਿਆ ਇਹਦੀ ਖਾਤਰ ਸਾਰਾ ਕੁਝ ਛੱਡ ਗਈਆਂ। ਆਖਿਆ ਜਿਹੜੀ ਅੱਖ ਨਾਲ ਮੈਂ ਵੇਖਣੀ ਹੈ ਤੁਸੀਂ ਨਹੀਂ ਵੇਖ ਸਕਦੇ, ਕਿਉਂਕਿ ਸੈਯਦ ਵਾਰਿਸ਼ ਰਹਿਮਤੁੱਲਾਹ ਅਲੈਹ ਨੇ ਰਾਂਝੇ ਦਾ ਲਕਬ ਕਦੀ ਤੇ ਨਬੀ ਪਾਕ ਸੱਲਾ ਵਾਲੇ ਵਸਲਮ ਨੂੰ ਦੇ ਦਿੱਤਾ, ਕਦੀ ਹਜ਼ਰਤ ਇਮਾਮ ਹੁਸੈਨ ਨੂੰ ਦੇ ਦਿੱਤਾ। ਉਹ ਹੁਣ ਤਨਜ਼ਬਾਜ਼ੀ ਕੀਤੀ ਤੇ ਅੱਖਾਂ ਦੇ ਵਿੱਚ ਗਲੇਡੂ ਆ ਤੇ ਸਹੇਲੀਆਂ ਨੂੰ ਜਵਾਬ ਦਿੰਦੀ ਹੈ। ਸੈਯਦ ਵਾਰਿਸ਼ ਰਹਿਮਤੁੱਲਾਹ ਅਲੈਹ ਦੀ ਕਲਮ ਉੱਠੀ, ਸਰਕਾਰ ਫਰਮਾਉਂਦੇ ਨੇ ਨਾਲ ਪਰ ਲਿਮਣੇ ਤੁਸਾਂ ਦੇ ਮੁਝ ਨੂੰ ਖਾ ਗਏ ਨੀ ਰਾਂਝੇ ਦੀ ਸ਼ਾਨ ਨੇ ਤੁਸਾਂ ਪਾਏ ਹੋ ਲੋਕ ਤੁਸਾਂ ਬੁਲਾਵੜ ਪਾ ਗਏ ਨੀ ਮੇਰੇ ਰਾਂਝੇ ਦੀ ਸ਼ਾਨ ਉਨ ਪਾਈ ਹੋ ਜਿਹੜੇ ਸਵਾਸ ਰਾਂ ਵਿੱਚ ਪਾ ਗਏ ਨੀ ਜਿਨ੍ਹਾਂ ਆਖਿਆ ਕਿ ਇਬਰਾਹੀਮ ਅਦਮ ਤੇ ਹਸਨ ਬਸਰੀ ਏਡੇ ਏਡੇ ਬਾਦਸ਼ਾਹੀਆਂ ਦੇ ਮਾਲਕ ਸਨ, ਜਦੋਂ ਉਸ ਰਾਂਝੇ ਦੀ ਲਟਕ ਲੱਗੀ ਜਿਹਨੂੰ ਮੈਂ ਵੇਖਿਆ ਤੇ ਉਹਨਾਂ ਨੇ ਬਾਦਸ਼ਾਹੀਆਂ ਛੱਡ ਦਿੱਤੀਆਂ, ਤਾਜੋ ਤਖਤ ਛੱਡ ਦਿੱਤੇ,
ਤੇ ਸਰਕਾਰ ਫਰਮਾਉਂਦੇ ਨੇ ਨਿਜ ਨਜ਼ਰ ਵੀ ਪੜਿਓ ਨੀ ਰਿਸਕ ਕੀਤੀ ਹੋ ਕੰਦੇ ਸੂਰੀਆਂ ਦੇ ਬੱਚੇ ਜਾ ਗਏ ਨੀ ਹਜ਼ਰਤ ਸ਼ੇਖ ਸੁਨਿਆਨ ਨੇ ਪੀਰ ਗੋਸ ਪਾਕ ਸਰਕਾਰ ਫਰਮਾਉਂਦੇ ਨੇ ਕਿ ਕੁੱਲ ਵਲੀਆਂ ਦੇ ਕੰਧਿਆਂ ਤੇ ਮੇਰਾ ਕਦਮ ਹੋਵੇਗਾ ਤੇ ਹਜ਼ਰਤ ਸ਼ੇਖ ਸੁਨਿਆਨ ਆਖਿਆ ਮੇਰੇ ਤੇ ਵੀ ਜਦ ਤੱਕ ਫਖਰ ਇਬਾਦਤ ਦਿਲ ਵਿੱਚ ਨਹੀਂ ਢੋਈ ਵਿੱਚ ਦਰਗਾਵਾਂ ਆਖਿਆ ਮੇਰੇ ਤੇ ਵੀ ਆਖਿਆ ਤੇਰੇ ਤੇ ਸੂਰੀਆਂ ਦੇ ਹੋਣਗੇ ਹੁਣ ਸਰਕਾਰ ਦੇ ਮੂੰਹੋਂ ਗੱਲ ਨਿਕਲੀ ਉਹ ਪੂਰੀ ਹੋਣੀ ਸੀ ਸਾਂਸੀਆਣੀ ਤੇ ਆਸ਼ਕ ਹੋ ਗਿਆ ਹੁਣ ਉਹ ਸੂਰ ਚਾਰਨੇ ਤੇ ਜਦੋਂ ਕੋਈ ਸੂਰ ਨੇ ਜਿਹੜੀ ਸੀ ਉਹ ਸੂਣਾ ਨਾ ਤੇ ਉਹ ਬੱਚੇ ਚੁੱਕ ਕੇ ਲਿਆਉਣੇ ਤੇ ਉਹ ਗੱਲ ਪੂਰੀ ਹੋ ਗਈ ਉਹ ਜਿਹੜੇ ਆਖਿਆ ਸੀ ਨਾ ਕਿ ਤੇਰੇ ਤੇ ਸੂਰੀਆਂ ਦੇ ਉਹ ਬੱਚੇ ਜਦੋਂ ਚੁੱਕਣੇ ਉਹ ਗੱਲ ਪੂਰੀ ਹੋ ਗਈ ਹੁਣ ਸਾਂਸੀਆਂ ਨੇ ਆਖਿਆ ਕਿ ਸਾਡੀ ਇੱਕ ਸ਼ਰਤ ਆ ਤੇ ਤੇਰਾ ਅਸੀਂ ਇਹਦੇ ਨਾਲ ਵਿਆਹ ਕਰ ਦਿੰਦੇ ਹਾਂ ਆਖਿਆ ਕਿ ਅਸੀਂ ਸੂਰ ਦਾ ਗੋਸ਼ਤ ਪਕਾਵਾਂਗੇ ਤੇ ਤੁਸਾਂ ਦੋਵਾਂ ਨੇ ਰਲ ਕੇ ਖਾਣਾ ਤੇ ਇਸ਼ਕ ਅੰਨਾ ਹੁੰਦਾ ਹੈ ਆਖਿਆ ਮੈਨੂੰ ਮਨਜ਼ੂਰ ਆ ਜਦੋਂ ਪਕਾ ਕੇ ਅੱਗੇ ਲੈ ਆਉਂਦਾ ਨਾ ਉਧਰੋਂ ਪੀਰ ਗੋਸ ਪਾਕ ਸਰਕਾਰ ਦਾ ਵਜ਼ੂ ਕਰਾਉਂਦਾ ਸੀ ਸ਼ੇਖ ਸਾਹਿਬ ਦੀ ਮਰੀਦ ਸੀ ਉਹਨਾਂ ਦਾ ਤੇ ਆਖਿਆ ਕਿ ਅੱਜ ਕਿਸੇ ਦਾ ਮੁਰਸ਼ਦ ਅੱਜ ਰੱਦਿਆ ਚੱਲਿਆ ਤੇ ਹੁਣ ਉਹ ਵਜ਼ੂ ਇਸੇ ਚੱਕਰ ਚ ਕਰਾਉਂਦੇ ਸੀ ਆਖਿਆ ਮੇਰਾ ਜੇ ਰੱਖ ਲਿਓ ਜਦੋਂ ਪਾਣੀ ਦਾ ਛੱਟਾ ਮਾਰਿਆ ਉਹਨਾਂ ਤੇ ਭੱਜ ਉੱਠਿਆ ਭੱਜ ਉੱਠਿਆ ਅੱਗੇ ਲਾ ਕੇ ਭੱਜ ਗਿਆ ਉਹ ਗੱਲ ਵੀ ਸਾਰੀ ਪੂਰੀ ਹੋ ਗਈ ਤਾਂ ਸਰਕਾਰ ਫਰਮਾਉਂਦਾ ਵੀ ਆਖਿਆ ਕਿ ਕੰਧੇ ਸੂਰੀਆਂ ਦੇ ਬੱਚੇ ਚਾ ਗਏ ਨੇ ਜਿੰਨਾ ਭੱਜ ਕੇ ਲਈ ਪਨਾ ਰੁਖਾਂ ਤਨ ਆਰਿਆਂ ਨਾਲ ਚਰਾ ਗਏ ਨੀ ਜਿੰਨਾ ਐਨ ਹੱਕ ਬੁਲੰਦ ਕਿਆ ਹੋ ਤਨ ਸੂਲੀਆਂ ਤੇ ਲਟਕਾ ਗਏ ਨੀ ਸਹੇਲੀਆਂ ਨੂੰ ਆਉਂਦੀ ਆ ਕਿ ਹਜ਼ਰਤ ਬਿਲਾਲ ਰਜ਼ੀ ਅੱਲਾਹ ਤਾਲਾ ਅਨਹੋ ਤੱਤੀਆਂ ਰੇਤਾਂ ਤੇ ਲਟਾਇਆ ਜ਼ਬਾਨ ਤੇ ਕੋਲੇ ਰੱਖੇ ਉਹਨੇ ਆਖਿਆ ਕਿ ਉਸ ਰਾਂਝੇ ਦਾ ਜ਼ਿਕਰ ਛੱਡ ਦੇ ਤੇ ਆਖਿਆ ਉਹਨੇ ਛੱਡਿਆ ਸੀ ਆਖਿਆ ਨਹੀਂ ਆਖਿਆ ਮੈਂ ਵੀ ਉਸ ਰਾਂਝੇ ਨੂੰ ਵੇਖਦੀ ਹਾਂ ਤੇ ਸਰਕਾਰ ਦੀ ਕਲਮ ਮੁੱਠੀ ਸਰਕਾਰ ਫਰਮਾਉਂਦੇ ਨੇ ਹਜ਼ਰਤ ਸ਼ਾਹ ਸਰਮਦ ਸਰਕਾਰ ਇੱਥੇ ਇੱਕ ਮੇਰਾ ਵੀਰ ਫੌਜੀ ਬੈਠਾ ਉਹ ਗੱਲ ਸੁਣਾਉਂਦਾ ਹੁੰਦਾ ਹੈ ਕਿ ਮੁਗਲੀਆ ਦੌਰ ਸੀ ਤੇ ਇੱਕ ਜੁਮਾ ਸੀ ਮਸਜਿਦ ਦੇ ਵਿੱਚ ਤੇ ਬਾਦਸ਼ਾਹ ਨੇ ਉੱਥੇ ਜੁਮਾ ਪੜ੍ਹਨਾ ਸੀ ਤੇ ਮੌਲਵੀ ਜਿਹੜਾ ਸੀ ਨਾ ਉਹਨੇ ਬੜੀ ਕੰਗੀ ਸ਼ੰਗੀ ਫੇਰੀ ਕਿ ਅੱਜ ਬਾਦਸ਼ਾਹ ਸਲਾਮਤ ਨੇ ਆਉਣਾ ਪਤਾ ਨਹੀਂ ਕੀ ਦੇ ਜਾਣਾ ਤੇ ਸ਼ਾਹ ਸਰਮਦ ਸਰਕਾਰ ਪਹਿਲੋਂ ਬੂਹੇ 'ਚ ਖਲੋਤੇ ਜਾ ਕੇ ਦੀਵਾਨਾ ਹਾਲਤ ਸੀ ਪਾਟੇ ਪੁਰਾਣੇ ਕੱਪੜੇ ਸੀ ਮੌਲਵੀ ਨੇ ਆਖਿਆ ਵੀ ਜੇ ਬਾਦਸ਼ਾਹ ਦੀ ਨਜ਼ਰ ਇਹਦੇ ਤੋਂ ਪੈ ਗਈ ਤੇ ਉਹ ਬਿਨਾਂ ਤਾਂ ਮੈਨੂੰ ਨਾ ਝਿੜਕਾਂ ਦੇਵੇ ਉਹਨੇ ਆਖਿਆ ਬਜ਼ੁਰਗਾ ਇੱਥੇ ਕਰਦਾ ਉਹਨੇ ਆਖਿਆ ਮੈਂ ਵੀ ਜੁਮਾ ਪੜ੍ਹਨਾ ਤੇ ਉਹਨੇ ਆਖਿਆ ਤੈਨੂੰ ਕਲਮਾ ਆਉਂਦਾ ਉਹਨੇ ਆਖਿਆ ਆਉਂਦਾ ਤੇ ਮੈਂ ਜੁਮਾ ਪੜ੍ਹਨਾ ਉਹਨੇ ਸੁਣਾ ਆਂਦਾ ਲਾ ਇਲਾਹਾ ਇਲੱਲਾ ਮੌਲਵੀ ਆਂਦਾ ਅੱਗੇ ਉਹਨੇ ਅੱਗੇ ਕੁਛ ਵੀ ਨਹੀਂ
ਉਹਨੇ ਮਾਰੇ ਧੱਕੇ, ਉਹਨੇ ਆਖਿਆ ਤੈਨੂੰ ਕਲਮਾ ਹੀ ਨਹੀਂ ਆਉਂਦਾ, ਤੂੰ ਜੁਮਾ ਕੀ ਪੜ੍ਹਦਾ। ਹੁਣ ਜਦੋਂ ਬਾਦਸ਼ਾਹ ਆ ਨਾ, ਤੇ ਨਾਲ ਆਵਾਮ ਜਿਹੜੀ ਉਹ ਫਿਰ ਬੜੀ ਆ ਜਾਂਦੀ ਆ ਨਾ, ਤੇ ਉਹਨਾਂ ਦੇ ਨਾਲ ਘੁਸਰ ਕੇ ਅੰਦਰ ਵੜ ਗਿਆ। ਹੁਣ ਮੌਲਵੀ ਨੇ ਜਦੋਂ ਨਮਾਜ਼ ਨੀਤੀ ਨਾ, ਤੇ ਸਰਕਾਰ ਸਭ ਤੋਂ ਪਿਛਲੀ ਸਫ਼ਰ ਦੇ ਵਿੱਚ ਖਲੋਤੇ ਸਨ। ਮੌਲਵੀ ਨੇ ਆਖਿਆ ਵੀ ਅੱਜ ਬਾਦਸ਼ਾਹ ਆਇਆ, ਪਤਾ ਨਹੀਂ ਕੀ ਕਰ ਜਾਣਾ ਸਭ। ਆਖਿਆ ਮੁੱਲਾ, ਪਿੱਛੋਂ ਆਵਾਜ਼ ਦਿੱਤੀ ਉਹਨੇ, ਆਖਿਆ ਉਹ ਮੁੱਲਾ ਤੇਰੀ ਨੀਅਤ ਮੇਰੇ ਪੈਰਾਂ ਥੱਲੇ। ਪੈਰ ਰੋਲੇ ਗਏ ਜਦੋਂ ਸਲਾਮ ਫੇਰਿਆ, ਬਾਦਸ਼ਾਹ ਨੇ ਆਖਿਆ ਵੀ ਆਹ ਆਵਾਜ਼ ਕਿੱਧਰੋਂ ਆਈ ਸੀ। ਉਹਨਾਂ ਆਖਿਆ, ਮੌਲਵੀ ਨੇ ਆਖਿਆ ਵੀ ਇੱਕ ਪਾਗਲ ਜਿਹਾ ਹੈਗਾ ਜੇ, ਅੱਗੇ ਮੈਂ ਭਜਾਇਆ ਤੇ ਫਿਰ ਆ ਗਿਆ। ਆਖਿਆ ਨਹੀਂ, ਉਹਦਾ ਦੀਦਾਰ ਕਰਾਂਗਾ। ਬਾਦਸ਼ਾਹ ਗਿਆ, ਉਹਨੇ ਆਖਿਆ ਵੀ ਬਜ਼ੁਰਗਾ ਤੂੰ ਮੌਲਵੀ ਆਉਂਦਾ, ਇਹਨੂੰ ਤੇ ਕਲਮਾ ਮਿਲੇ ਜੀ ਜੀ ਆਉਂਦਾ। ਉਹਨੇ ਆਖਿਆ ਦਰਵੇਸ਼ਾ ਕਲਮਾ ਆਉਂਦਾ ਹੀ? ਉਹਨੇ ਆਖਿਆ ਆਉਂਦਾ। ਉਹਨੇ ਸੁਣਾ, ਉਹਨੇ ਲਾ ਇਲਾਹਾ ਇਲੱਲਾ, ਉਹਨੇ ਅੱਗੇ, ਉਹਨੇ ਅੱਗੇ ਕੁਛ ਵੀ ਨਹੀਂ। ਬਾਦਸ਼ਾਹ ਨੇ ਆਖਿਆ ਇਹਦਾ ਸਿਰ ਕਲਮ ਕਰ ਦਿਓ। ਤੇ ਜਦੋਂ ਸਿਰ ਕਲਮ ਕੀਤਾ ਨਾ, ਨਬੀ ਪਾਕ ਸੱਲਾ ਵਾਲੇ ਵਸੱਲਮ ਦੀ ਬਿਸ਼ਾਰਤ ਹੋਈ ਸਾਹਮਣੇ। ਉਧਰੋਂ ਸਿਰ ਕਲਮ ਕਰ ਦਿੱਤਾ, ਉਧਰੋਂ ਨਿਜ਼ਾਮੋਦੀਨ ਔਲੀਆ ਸਰਕਾਰ ਮੁਰਸ਼ਿਦ ਸਨ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਤੇ ਜਦੋਂ ਆਏ ਨਾ, ਤੇ ਬੜਾ ਮਜਮਾ ਇਕੱਠਾ ਹੋਇਆ। ਤੇ ਆਣ ਕੇ ਆਖਿਆ ਬੇਲੀ ਉਹ ਆ ਕੀ ਕੀਤਾ ਜੀ, ਹੁਣ ਸਿਰ ਵੱਖਰਾ ਆਇਆ, ਧੜ ਵੱਖਰਾ ਆਇਆ। ਤੇ ਦੱਸਦੇ ਨੇ ਕਿ ਸਰਕਾਰ ਸ਼ਾਹ ਸਰਮਦ ਨੇ ਆਪਣਾ ਸਿਰ ਫੜ ਕੇ ਆਉਂਦੇ, ਸਰਕਾਰ ਵੇਖੋ ਇਹਨਾਂ ਮੇਰੇ ਨਾਲ ਕੀ ਕੀਤਾ। ਆਖਿਆ ਜੀ ਕੀ ਕੀਤਾ? ਉਹਨੇ ਆਖਿਆ ਜੀ ਇਹਨੂੰ ਕਲਮਾ ਨਹੀਂ ਸੀ ਆਉਂਦਾ। ਉਹਨੇ ਆਖਿਆ ਹੁਣੇ ਪੁੱਛ ਲੈਂਦੇ ਇਹਨੂੰ। ਆਖਿਆ ਸਰਮਦ? ਆਖਿਆ ਜੀ ਸਰਕਾਰ। ਆਖਿਆ ਕਲਮਾ ਨਹੀਂ ਆਉਂਦਾ? ਆਖਿਆ ਸਰਕਾਰ ਆਉਂਦਾ। ਉਹਨੇ ਆਖਿਆ ਸੁਣਾ। ਆਂਦਾ ਲਾ ਇਲਾਹਾ ਇਲੱਲਾ। ਚੁੱਪ ਕਰ ਗਿਆ ਮੁਰਸ਼ਦ ਦਾ। ਫਿਰ ਉਹਨੇ ਫਿਰ ਮੁਹੰਮਦ ਰਸੂਲ ਅੱਲਾਹ। ਰੌਲਾ ਸਿਰਫ ਅੱਗੇ ਦਾ ਤੇ ਫੇਰ ਦਾ ਸੀ। ਉਹ ਆਂਦੇ ਸੀ ਵੀ ਲਾ ਇਲਾਹਾ ਇਲੱਲਾ ਤੇ ਅੱਗੇ, ਉਹਨੇ ਆਖਿਆ ਇਸ ਤੋਂ ਅੱਗੇ ਤੇ ਸ਼ੈ ਹੀ ਕੋਈ ਨਹੀਂ। ਮੁਰਸ਼ਦ ਨੇ ਆਖਿਆ ਫਿਰ, ਉਹਨੇ ਆਖਿਆ ਫਿਰ ਮੁਹੰਮਦ ਰਸੂਲ ਅੱਲਾਹ। ਨਾਰੇ ਹੱਕ ਦੇ ਲਾ ਬੁਲਾਲ ਦਿੱਤੇ, ਸਰਮਦ ਵੀ ਸੀਸ ਕਟਾ ਗਏ ਨੀ, ਨੀ ਮੇਰੀ ਰੱਬ ਚੜਾ ਦਨੀ ਤੋੜ ਕੁੜੀਓ ਹੋ ਵਾਰ ਮੈਂ ਮਾਣੀ ਦੇ ਚਾਰੇ ਯਾਰ ਤੇ ਫਿਰ ਆ ਗਈ ਚੌਂ ਯਾਰਾਂ ਤੇ। ਕਿ ਜਦੋਂ ਨਬੀ ਪਾਕ ਸੱਲਾ ਵਾਲੇ ਵਸਲਮ ਨੇ ਐਲਾਨ ਕੀਤਾ ਕਿ ਜੰਗ ਕਰਨੀ ਆ, ਸਾਹਬਾ ਇਕਰਾਮ ਨੂੰ ਆਖਿਆ ਕਿ ਜੋ ਜੋ ਕਿਸੇ ਕੋਈ ਸਰਦਾ ਪੁੱਜਦਾ ਲੈ ਕੇ ਆਓ। ਤੇ ਜਦੋਂ ਲੈ ਕੇ ਆਏ ਨਾ, ਤੇ ਹਜ਼ਰਤ ਅਬੂ ਬਕਰ ਸਦੀਕ ਸਰਕਾਰ ਨੂੰ ਫਰਮਾਉਂਦੇ ਨੇ, ਐ ਸਦੀਕ ਘਰ ਕੀ ਛੱਡ ਕੇ? ਆਖਿਆ ਅੱਲਾ ਤੇ ਉਹਦਾ ਰਸੂਲ, ਮੈਂ ਸੂਈ ਵੀ ਨਹੀਂ ਛੱਡ ਕੇ ਆਇਆ। ਚਾਰੇ ਯਾਰ ਵਾਰਿਸ ਸ਼ਾਹ ਨੂੰ ਪੁੱਛ ਲੋ, ਭਾਵੇਂ ਜਾ ਕੇ ਹੋ ਉਹ 14 ਤਬਕ ਵੀ ਸੀਸ ਨੇ